ਸੋਸ਼ਲ ਮੀਡੀਆ ਮਾਧਿਅਮ ਰਾਹੀਂ ਦੇਖ ਰਹੇ ਸਾਰੇ ਵਿਊਅਰਸ ਨੂੰ ਮੇਰੇ ਅਤੇ ਟੀਮ ਓਮ ਗਲੋਬਲ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਹੋਟ ਟੋਪਿਕ ਸੇਮ ਕੈਨੇਡਾ ਸਟੂਡੈਂਟ ਵੀਜ਼ਾ ਅਤੇ ਜੀ ਆਈ ਸੀ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟ ਦੇ ਵਿੱਚ ਕਨਫਿਊਜ਼ਨ ਹੈ। ਸੋ ਹਰ ਕੋਈ ਲਾਈਵ ਕਰ ਰਿਹਾ, ਵੀਡੀਓਜ਼ ਕਰ ਰਿਹਾ। ਕੱਲ੍ਹ ਮਨੀਸ਼ ਭਾਅ ਜੀ ਨਾਲ ਟੀ ਵੀ ਸ਼ੋਅ ਕਰ ਰਿਹਾ ਸੀਗਾ ਅਤੇ ਬੜੇ ਵੈਲਿਡ ਉਹਨਾਂ ਨੇ ਮੈਨੂੰ ਕੁਸ਼ਚਨ ਕੀਤੇ ਅਤੇ ਉਹ ਉਸ ਕੁਸ਼ਚਨਸ ਦੇ ਵਿੱਚੋਂ ਬਹੁਤ ਸਾਰੀ ਲਾਈਕ ਆਂਸਰ ਸੀਗੇ ਜਿਹੜੇ ਮੈਨੂੰ ਵਧੀਆ ਵੀ ਲੱਗੇ। ਸੋ ਲੱਗਾ ਕਿ ਸਟੂਡੈਂਟਸ ਤੱਕ ਇਹ ਚੀਜ਼ ਸ਼ੇਅਰ ਕਰਨੀ ਚਾਹੀਦੀ ਹੈ। ਪਹਿਲੀ ਚੀਜ਼ ਜਿਹੜੀ ਹੈ ਕਿ ਚੇਂਜਿਸ ਜਿਹੜੇ ਆਏ ਆ, ਸੋ ਕਈ ਪੋਜ਼ਿਟਿਵ ਵੇ ਨਾਲ ਇਸ ਨੂੰ ਰਿਸਪੋਂਡ ਕਰ ਰਹੇ ਆ, ਕਈ ਨੈਗੇਟਿਵ ਵੇ ਨਾਲ ਕਰ ਰਹੇ ਆ। ਅਤੇ ਜਦੋਂ ਵੀ ਲਾਈਵ ਕਰਦਾ ਵਾ ਕਾਫੀ ਸਾਰੇ ਸਟੂਡੈਂਟ ਜਿਨ੍ਹਾਂ ਦੇ ਸਵਾਲ ਆਸਟ੍ਰੇਲੀਆ ਨੇ ਹੈਗੇ। ਸੋ ਪਹਿਲੀ ਚੀਜ਼ ਜਿਹੜੀ ਇਹ ਹੈ, ਫੋਰ ਦਾ ਟਾਈਮਿੰਗ ਆਸਟ੍ਰੇਲੀਆ ਨੇ ਆਪਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ। ਸੋ ਜਿਹੜੇ ਵੀ ਸਟੂਡੈਂਟ ਆਪਦਾ ਟਾਈਮ ਵੇਸਟ ਕਰ ਰਹੇ ਆ ਜੀ ਟੀ ਪ੍ਰੋਸੈਸਿੰਗ ਦੇ ਉੱਪਰ ਲੈ ਕੇ, ਜਾਂ ਆਫਰ ਲੈਟਰ ਨਹੀਂ ਆ ਰਹੀ ਤਿੰਨ ਤਿੰਨ ਚਾਰ ਚਾਰ ਮਹੀਨੇ ਤੋਂ, ਸੋ ਉਹ ਸਟੂਡੈਂਟ ਜਿਹੜਾ ਹੈ ਆਸਟ੍ਰੇਲੀਆ ਨੂੰ ਥੋੜ੍ਹਾ ਜਿਹਾ ਡਿਲੇ ਕਰੇ, ਕਿਉਂਕਿ ਹਜੇ ਤੱਕ ਕੋਈ ਵੀ ਦਰਵਾਜ਼ਾ ਖੁੱਲ੍ਹਿਆ ਆਸਟ੍ਰੇਲੀਆ ਦਾ ਨਹੀਂ ਦਿਖ ਰਿਹਾ। ਨਿਊਜ਼ੀਲੈਂਡ ਵਾਸਤੇ ਬਹੁਤ ਪੁਰਾਣੇ ਫੰਡ ਜਿਹੜੇ ਮੋਸਟਲੀ ਸਟੂਡੈਂਟ ਕੋਲ ਨਹੀਂ ਹੁੰਦੇ, ਅਤੇ ਯੂਕੇ ਨੇ ਜੋ ਕਿ ਸਪਾਊਸ ਐਪਲੀਕੇਸ਼ਨਸ ਬੰਦ ਕਰ ਦਿੱਤੀਆਂ। ਸੋ ਜਿੱਥੇ ਰਿਕੁਆਇਰਮੈਂਟ ਡਾਊਨ ਆਈ ਹੈ ਸਟੂਡੈਂਟ ਦਾ ਕਿਤੇ ਨਾ ਕਿਤੇ ਰੁਝਾਨ ਕੈਨੇਡਾ ਸਟੂਡੈਂਟ ਵੀਜ਼ਾ ਨੂੰ ਲੈ ਕੇ, ਬਟ ਥੋੜ੍ਹੀ ਜਿਹੀ ਕਨਫਿਊਜ਼ਨ ਜੀ ਆਈ ਸੀ ਦੇ ਉੱਤੇ ਆਈ ਜ਼ਰੂਰ ਹੈ। ਇਸ ਦੇ ਉੱਤੇ ਜ਼ਰੂਰ ਥੋੜ੍ਹੀ ਜਿਹੀ ਇਨਫੋਰਮੇਸ਼ਨ ਅਤੇ ਕਲੈਰਿਟੀ ਦਊਂਗਾ। ਬੈਕ ਟੂ ਦੀ ਫਿਊ ਮੰਥਸ, ਇੱਕ ਅਪਡੇਸ਼ਨ ਆਉਂਦੀ ਹੈ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਕਿ 10 ਅਗਸਤ ਤੋਂ ਰੂਲਸ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਜਾਏਗੀ, ਰਿਕੁਆਇਰਮੈਂਟ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਜਾਏਗੀ। ਰੂਲ ਇੱਕ ਇਹ ਆਉਂਦਾ ਹੈ ਕਿ 6 ਈਚ ਬੈਂਡ ਸਕੋਰ ਨੂੰ ਘਟਾ ਕੇ 6 ਓਵਰਆਲ ਕੀਤਾ ਜਾਏਗਾ। ਸੋ ਮੈਟਰ ਨਹੀਂ ਕਰੇਗਾ ਕਿ ਈਚ ਮੋਡਿਊਲ ਤੁਹਾਡੀ ਕੀ ਹੈ। 1 'ਚ 5.5 ਐਕਸੈਪਟੇਬਲ ਹੋਇਆ, 2 'ਚ 5.5 ਐਕਸੈਪਟੇਬਲ ਹੋਇਆ, 3 'ਚ 5.5 ਐਕਸੈਪਟੇਬਲ ਹੋਇਆ, 1 'ਚ 5 ਨਾਲ ਔਰ 1 'ਚ 4.5 ਨਾਲ ਵੀ ਵੀਜ਼ਾ ਆਏ। ਪੀ ਟੀ ਦੇ ਉੱਤੇ ਰਿਜ਼ਲਟ ਘੱਟ ਦੇਖਣ ਨੂੰ ਮਿਲਿਆ ਸੀਗਾ, ਬਟ 10 ਅਗਸਤ ਤੋਂ ਬਾਅਦ ਜਿਹੜੇ ਪੀ ਟੀ ਵਾਲੇ ਸਟੂਡੈਂਟ ਹੈ, ਮਤਲਬ ਆਲਮੋਸਟ ਹਯਾਲਸ ਵਾਲਾ ਬੱਚਾ ਸੀਗਾ, ਪੀ ਟੀ ਵਾਲਾ ਬੱਚਾ ਸੀਗਾ, ਸਾਰਿਆਂ ਦੇ ਵੀਜ਼ਾਸ ਗ੍ਰਾਂਟ ਹੋਏ। ਪੋਲਿਸੀ ਕੀ ਸੀਗੀ ਇਮੀਗ੍ਰੇਸ਼ਨ ਦੀ, ਕੀ ਜੋ ਕਿ ਇੰਸਟਰਕਸ਼ਨ ਸੀਗੀਆਂ ਗਵਰਨਮੈਂਟ ਦੀਆਂ, ਅਸੀਂ 9 ਲੱਖ ਐਪਲੀਕੇਸ਼ਨ ਜਿਹੜੀ ਹੈ ਗ੍ਰਾਂਟ ਕਰਨਾ ਚਾਹੁੰਦੇ ਹਾਂ। ਮਤਲਬ 9 ਲੱਖ ਕੈਨੇਡਾ ਵੀਜ਼ਾ ਦੇਣਾ ਚਾਹੁੰਦਾ ਸੀਗਾ 6 ਈਚ ਦੇ ਨਾਲ, ਕਿਤੇ ਨਾ ਕਿਤੇ ਉਹਨਾਂ ਨੂੰ ਇਹ ਫਿਗਰ ਜਿਹੜੇ ਆ ਪੋਸੀਬਲ ਦਿਖਦੇ ਨਹੀਂ ਸੀਗੇ, ਜਿਹਦੇ ਕਰਕੇ ਉਹਨਾਂ ਨੇ ਇੱਕੋ ਰਸਤਾ ਦੇਖਿਆ ਕਿ ਰਿਕੁਆਇਰਮੈਂਟ ਨੂੰ ਥੋੜ੍ਹਾ ਡਾਊਨ ਕੀਤਾ ਜਾਏ, ਸੋ ਦੈਟ ਕਿ ਨੰਬਰ ਆਫ ਐਪਲੀਕੇਸ਼ਨ ਅਪਲਾਈ ਹੋਵੇ, ਨੰਬਰ ਆਫ ਐਪਲੀਕੇਸ਼ਨਸ ਨੂੰ ਗ੍ਰਾਂਟ ਕਰੀਏ। 10 ਅਗਸਤ ਤੋਂ ਬਾਅਦ ਅਗਰ ਹੁਣ ਤੱਕ ਦੇਖਦੇ ਹਾਂ ਕੋਈ ਵੀ ਐਸੀ ਐਪਲੀਕੇਸ਼ਨ ਨਹੀਂ ਹੈ ਜਿਹੜੀ ਡਿਕਲਾਈਨ ਹੋਈ ਹੋਵੇ। ਸੋ ਆਲਮੋਸਟ 100% ਵੀਜ਼ਾ ਸਕਸੈਸ ਰੇਟ ਕੈਨੇਡਾ ਦਾ ਦੇਖਣ ਨੂੰ ਮਿਲਿਆ, ਜੋ ਕਿ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ। ਲਾਸਟ 2 ਸਾਲਾਂ 'ਚ ਜਿੱਦਾਂ ਯੂਕੇ ਵੀਜ਼ਾ ਦੇ ਰਿਹਾ ਸੀਗਾ, ਸੇਮ ਐਜ ਕੈਨੇਡਾ ਵੀਜ਼ਾ ਦੇ ਰਿਹਾ ਸੀਗਾ। ਬਟ ਵੀਡੀਓਜ਼ ਜਿਹੜੀਆਂ ਲੋਕਾਂ ਨੇ ਪਾਈਆਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਆਪਣੀਆਂ, 2-4-5 ਬੱਚਿਆਂ ਨੇ ਆਪਦੀਆਂ ਵੀਡੀਓ ਪਾਈਆਂ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈ, ਅਸੀਂ ਬੇਸਮੈਂਟ ਦੇ ਵਿੱਚ ਰਹਿ ਰਹੇ ਹਾਂ, ਐਕਸਪੈਂਸਿਸ ਕਵਰ ਨਹੀਂ ਹੋ ਰਹੇ, ਸੋ ਜੋ ਨੀਡ ਸੀਗੀਆਂ ਸਾਡੀਆਂ ਪੂਰੀਆਂ ਨਹੀਂ ਹੋ ਰਹੀਆਂ। ਉਹਦੇ ਵਿੱਚ ਵੀ 2 ਕਾਰਨ ਦੇਖਣ ਨੂੰ ਮਿਲੇ ਹੈ, ਗਵਰਨਮੈਂਟ ਵਰਸਿਸ ਪ੍ਰਾਈਵੇਟ ਕਾਲਜ। ਬਹੁਤ ਸਾਰੇ ਬੱਚੇ ਐਸੇ ਸੀਗੇ ਕਿ ਗਰਾਰੀ ਫਸਾਲੀ ਹੀ ਭਾਜੀ ਜਾਣਾ ਹੈ ਅਤੇ ਸਰਕਾਰੀ ਕਾਲਜ ਦੇ ਵਿੱਚ ਹੀ ਜਾਣਾ, ਸੋ ਉਹ ਸਰਕਾਰੀ ਕਾਲਜ। ਐਗਜ਼ਾਮਪਲ ਦੇਣਾ, ਸ਼ੈਡਨ ਕਾਲਜ ਹੋ ਗਿਆ, ਕੋਨਸਟੋਗਾ ਹੋ ਗਿਆ, ਆਲਮੋਸਟ 5 ਦਿਨ ਪੜ੍ਹਾਉਂਦੇ ਨੇ। ਹੁਣ 5 ਦਿਨ ਬੱਚੇ ਨੂੰ ਪੜ੍ਹਾਈ ਕਰਾਉਣੀ, ਕਿਤੇ ਨਾ ਕਿਤੇ ਬੱਚੇ ਦੀ ਅਸਾਈਨਮੈਂਟ ਰਹਿ ਗਈ ਜਾਂ ਕੋਈ ਕੰਮ ਰਹਿ ਗਿਆ, ਉਹ ਬੱਚਾ ਆਪਦੇ 6ਵੇਂ ਦਿਨ ਕੰਮ ਕਰਦਾ ਸੀਗਾ। ਸੋ 7ਵਾਂ ਦਿਨ 1 ਦਿਨ ਬੱਚਾ ਕੰਮ ਕਰਕੇ ਆਪਦੇ ਐਕਸਪੈਂਸਿਸ ਨੂੰ ਕਵਰ ਨਹੀਂ ਕਰ ਸਕਦਾ ਸੀਗਾ, ਜਿਹਦੇ ਕਰਕੇ ਬੱਚਿਆਂ ਨੂੰ ਪ੍ਰੋਬਲਮ ਆਈ। ਸੋ ਇਨ ਦੀ ਅਦਰ ਹੈਂਡ, ਪ੍ਰਾਈਵੇਟ ਕਾਲਜ ਵਾਲਾ ਬੱਚਾ, ਪ੍ਰਾਈਵੇਟ ਕਾਲਜ ਆਲਮੋਸਟ 2 ਦਿਨ ਹੀ ਪੜ੍ਹਾਉਂਦਾ ਹੈ, ਬਹੁਤ ਰੇਅਰ ਕਾਲਜਿਸ ਹੈ ਜਿਹੜੇ 3 ਦਿਨ ਪੜ੍ਹਾਉਂਦੇ। ਸੋ ਜਿਹੜੇ 2 ਦਿਨ ਬੱਚੇ ਨੇ ਪੜ੍ਹਾਈ ਕਰਨੀ ਹੈ, ਉਹ 4-5 ਦਿਨ ਆਪਣਾ ਕੰਮ ਕਰਦਾ, ਕੰਮ ਕਰਕੇ ਆਪਣੀਆਂ ਨੀਡਸ ਪੂਰੀਆਂ ਕਰ ਰਿਹਾ ਸੀਗਾ, ਜੋ ਜੋ ਕਮਾਉਣਾ ਚਾਹੁੰਦਾ ਸੀਗਾ, ਖੁਦ ਦੇ ਖਰਚੇ ਕੱਢਣੇ, ਘਰ ਵੀ ਪੈਸੇ ਭੇਜਣੇ। ਸੋ ਕੰਪੇਅਰ ਟੂ ਗਵਰਨਮੈਂਟ ਕਾਲਜ, ਪ੍ਰਾਈਵੇਟ ਕਾਲਜ ਵਾਲਾ ਬੱਚਾ ਜ਼ਿਆਦਾ ਖੁਸ਼ਹਾਲ ਸੀਗਾ। ਸੋ ਉਹ ਬੱਚਿਆਂ ਨੂੰ ਕੰਮ ਵੀ ਮਿਲਿਆ, ਖੁਦ ਬੱਚਿਆਂ ਦੀ ਵੀਡੀਓਜ਼ ਵੀ ਆਈਆਂ ਕਿ ਭਾਜੀ ਕੰਮ ਕਰ ਬਹੁਤ ਵਧੀਆ, ਅੱਛਾ ਅਸੀਂ ਸਰਵਾਈਵ ਕਰ ਰਹੇ ਹਾਂ। ਸੋ ਜਿਹੜੇ ਬੱਚਿਆਂ ਨੇ ਆਪਦੀ ਇਹ ਵੀਡੀਓਜ਼ ਕਰੀਆਂ ਕਿ ਅਸੀਂ ਤੰਗ ਬਹੁਤ ਜ਼ਿਆਦਾ ਹਾਂ, ਅਸੀਂ ਬੇਸਮੈਂਟ 'ਚ ਰਹਿੰਦੇ ਹਾਂ, ਸਾਡੇ ਕੋਲ ਕੰਮ ਨਹੀਂ ਹੈਗਾ, ਖਾਣ ਨੂੰ ਨਹੀਂ ਹੈਗਾ, ਸੋ ਚੰਗਾ ਸਟੂਡੈਂਟ ਕਹਿੰਦੇ ਨਾ ਆਟੇ ਨਾਲ ਘੁਣ ਵੀ ਪਿਸਦਾ ਹੈ, ਸੋ ਚੰਗਾ ਸਟੂਡੈਂਟ ਵੀ ਉਸੇ ਆਟ ਦੇ ਵਿੱਚ ਜਾ ਕੇ ਪਿਸਿਆ। ਜੋ ਗਵਰਨਮੈਂਟ ਨੂੰ ਦਿਖਦਾ ਸੀਗਾ ਉਹ ਕਹਿੰਦੇ ਸੀਗੇ ਕਿ ਅਗਰ ਤੁਹਾਡਾ $10,200 ਦੇ ਨਾਲ ਸਰਵਾਈਵਲ ਨਹੀਂ ਹੋ ਰਿਹਾ, ਅਸੀਂ ਆਪਦੇ ਲਿਵਿੰਗ ਐਕਸਪੈਂਸਿਸ ਦੀ ਜੋ ਰਿਕੁਆਇਰਮੈਂਟ ਹੈ $10,200 ਇਹਨੂੰ ਆਲਮੋਸਟ ਡਬਲ ਕਰ ਦਾਂਗੇ, ਸੋ ਦੈਟ ਕਿ ਤੁਹਾਡੀ ਜਿਹੜੀ ਨੀਡਸ ਨੇ ਪੂਰੀਆਂ ਹੋ ਜਾਣ, ਬਿਨਾਂ ਕੰਮ ਕੀਤੇ ਵੀ ਤੁਸੀਂ ਰਹਿ ਸਕੋ ਇਫ ਯੂ ਆਰ ਅ ਜਨਰਲ ਸਟੂਡੈਂਟ। ਹੁਣ ਅੱਗੋਂ ਬਹੁਤ ਸਾਰੇ ਸਟੂਡੈਂਟ ਨੂੰ ਇੱਦਾਂ ਲੱਗਦਾ ਹੈ ਕਿ $20,625 ਜਾਂਦੇ ਕਢਾ ਲਾਂਗੇ,
ਇੱਥੋਂ ਦੀਆਂ ਫੀਸਾਂ ਭਰ ਲਾਂਗੇ, ਇੱਦਾਂ ਦਾ ਕੁਛ ਵੀ ਨਹੀਂ ਹੋਣਾ। ਇਹਦੇ 'ਤੇ ਕਲੈਰਿਟੀ ਜਿਹੜੀ ਇਹ ਹੈ, ਜਿੱਦਾਂ ਦੀ ਆਈ ਸੀ ਪਹਿਲਾਂ ਹੁੰਦੀ ਸੀਗੀ, ਮਹੀਨੇ ਦੇ ਮਹੀਨੇ ਕਿਸ਼ਤਾਂ ਦੇ ਵਿੱਚ ਪੈਸੇ ਮਿਲਦੇ ਸੀਗੇ, ਚਾਹੇ ਉਹ $10,000 ਹੈ ਚਾਹੇ ਉਹ $20,625 ਹੈ, ਸੇਮ ਐਜ਼ ਕਿਸ਼ਤਾਂ ਦੇ ਵਿੱਚ ਹੀ ਮਿਲਣਗੇ, ਇਕੱਠੇ ਪੈਸੇ ਤੁਹਾਨੂੰ ਨਹੀਂ ਮਿਲ ਸਕਦੇ। ਕੁਸ਼ਚਨ ਜ਼ਰੂਰ ਸੀਗੇ, ਕਈ ਸਟੂਡੈਂਟ ਐਸੇ ਹੈ ਜਿਹੜੇ ਵਰੀਡ ਹੈ ਡਾਕੂਮੈਂਟੇਸ਼ਨ ਨੂੰ ਲੈ ਕੇ, ਮਤਲਬ ਕਿਤੇ ਨਾ ਕਿਤੇ ਤੁਸੀਂ ਮਿਕਸਅਪ ਕਰਦੇ ਹੋ ਚੀਜ਼ਾਂ ਨੂੰ। ਆਸਟ੍ਰੇਲੀਆ ਦੇ ਡਾਕੂਮੈਂਟੇਸ਼ਨ, ਕੈਨੇਡਾ ਦੀ ਡਾਕੂਮੈਂਟੇਸ਼ਨ, ਦੋਨਾਂ ਦੇ ਵਿੱਚ ਬਹੁਤ ਫਰਕ ਹੈ। ਜਿੱਦਾਂ ਆਸਟ੍ਰੇਲੀਆ ਡਾਕੂਮੈਂਟ ਮੰਗਦਾ, ਫੋਰ ਐਗਜ਼ਾਮਪਲ ਕਿਸੇ ਦਾ ਐਕਸਪੀਰੀਅੰਸ ਹੈ, ਬਹੁਤ ਡਾਕੂਮੈਂਟੇਸ਼ਨ, ਆਫਰ ਲੈਟਰ ਆ ਗਿਆ, ਐਨ ਓ ਸੀ ਲੈਟਰ ਆ ਗਿਆ, ਸੈਲਰੀ ਇਨ ਅਕਾਊਂਟ ਆ ਗਈ, ਕੈਨੇਡਾ ਦੀ ਐਸ ਐਚ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਅੱਜ ਦੀ ਰੇਟ ਦੀ ਅਗਰ ਆਪਾਂ ਗੱਲ ਕਰਦੇ ਹਾਂ ਕੈਨੇਡੀਅਨ ਵੀਜ਼ਾ ਐਪਲੀਕੇਸ਼ਨ ਦੇ ਲਈ, 8-10 ਵਾਰ 15 ਵਾਰ ਵੀ ਰਿਫਿਊਜ਼ ਹੋ ਕੈਨੇਡਾ ਵੀਜ਼ਾ ਦੇ ਰਿਹਾ, ਸੈਲਰੀ ਅਕਾਊਂਟ 'ਚ ਨਹੀਂ ਹੈਗੀ ਤਾਂ ਵੀ ਕੈਨੇਡਾ ਵੀਜ਼ਾ ਦੇ ਰਿਹਾ, ਪੜ੍ਹਾਈ ਦੇ ਵਿੱਚ 12-15 ਸਾਲ ਦਾ ਗੈਪ ਹੈ ਦੈਨ ਕੈਨੇਡਾ ਵੀਜ਼ਾ ਦੇ ਰਿਹਾ। ਜਿਹੜੇ ਸਟੂਡੈਂਟ ਐਸੇ ਵੀ ਹੈ ਕਿ ਕਾਫੀ ਹੱਦ ਤੱਕ ਉਹਨਾਂ ਨੇ ਪੈਸੇ ਆਪਦੇ ਬਰਬਾਦ ਕਰ ਲਏ, ਕੈਨੇਡਾ ਸਟੂਡੈਂਟ ਵੀਜ਼ਾ ਤੁਸੀਂ ਹਾਸਿਲ ਕਰ ਸਕਦੇ ਹੋ। ਇਨੀਸ਼ੀਏਟ ਲਿਆ ਸੀਗਾ ਓਮ ਗਲੋਬਲ ਨੇ ਇਸ ਚੀਜ਼ ਨੂੰ ਦੇਖਦੇ ਹੋਏ ਕਿ ਵਿਦ ਇਨ ਫਿਊ ਡੇਜ਼ ਐਪਲੀਕੇਸ਼ਨ ਕਿੱਦਾਂ ਸਬਮਿਟ ਹੋਣਗੀਆਂ। ਹਜੇ ਵੀ ਕਈ ਐਸੇ ਸਟੂਡੈਂਟ ਹੈਗੇ ਆ ਕਿ ਜਿਹੜੇ ਸੋਚਦੇ ਆ ਕਿ 2.5-3 ਮਹੀਨੇ ਹੋ ਗਏ ਫਲਾਣੇ ਏਜੰਟ ਕੋਲ ਅਪਲਾਈ ਕੀਤਾ ਸੀਗਾ, ਮੇਰੀ ਆਫਰ ਲੈਟਰ ਨਹੀਂ ਆਈ। ਸੋ ਓਮ ਗਲੋਬਲ ਤੁਹਾਡੀ ਐਪਲੀਕੇਸ਼ਨ ਕਰੇਗਾ ਫਾਸਟ ਟਰੈਕ ਐਪਲੀਕੇਸ਼ਨ ਦੇ ਥਰੂ, ਵਿਦ ਇਨ 2 ਡੇਜ਼ 48 ਘੰਟਿਆਂ ਦੇ ਵਿੱਚ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਅਸੀਂ ਸਬਮਿਟ ਕਰਾਂਗੇ। ਈਵਨ ਸੰਡੇ ਦੇ ਵਿੱਚ ਵੀ ਸਾਡੇ ਆਫਿਸ ਓਪਨ ਰਹਿਣਗੇ, ਸੋ ਸੰਡੇ ਵੀ ਤੁਸੀਂ ਕਿਸੇ ਵੀ ਬ੍ਰਾਂਚ ਦੇ ਵਿੱਚ ਜਾ ਕੇ ਮਿਲ ਸਕਦੇ ਹੋ। ਅਗਰ ਤੁਹਾਡੇ ਕੋਲ ਜੀ ਆਈ ਸੀ ਅਰੇਂਜ ਹੈ, $10,200 ਪੇ ਕਰਕੇ ਜਾਣਾ ਚਾਹੁੰਦੇ ਹੋ, ਆਪਣਾ 6.5-7 ਲੱਖ ਰੁਪਏ ਬਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਹੁਣੇ ਹੀ ਕਿਸੇ ਵੀ ਸਾਡੇ ਨਜ਼ਦੀਕੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ। ਅਸੀਂ $10,200 ਜੀ ਆਈ ਸੀ ਨਾਲ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਾਂਗੇ, ਚਾਹੇ ਕੋਈ ਫਰੈਸ਼ ਐਪਲੀਕੈਂਟ ਹੈ, ਸਿੰਗਲ ਹੈ, ਸਪਾਊਸ ਹੈ ਜਾਂ ਵਿਦ ਕਿੱਡ ਜਾਣਾ ਚਾਹੁੰਦੇ ਹੋ, ਆਪਣਾ 6.5-7 ਲੱਖ ਰੁਪਏ ਬਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ, ਜਿਸ ਵਿੱਚ ਨਾ ਕੋਈ ਐਪਲੀਕੇਸ਼ਨ ਫੀਸ, ਨਾ ਪ੍ਰੋਸੈਸਿੰਗ ਫੀਸ, ਨਾ ਕਾਲਜ ਫੀਸ, ਔਰ ਨੋਟ ਇਵਨ ਅੰਬੈਸੀ ਫੀਸ, ਆਲ ਫੀਸ ਲਵਾਂਗੇ ਜੀ ਵੀਜ਼ਾ ਲੱਗਣ ਤੋਂ ਬਾਅਦ। ਹਜੇ ਵੀ ਕਿਸੇ ਨੂੰ ਕੋਈ ਡਾਊਟ ਹੈ, ਸਾਡੀ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦਾ ਜਾਂ ਸਾਡੀ ਟੀਮ ਨੂੰ ਆ ਕੇ ਮਿਲ ਸਕਦੇ ਹੋ ਕਿਸੇ ਵੀ ਟਾਈਮ ਦੇ ਵਿੱਚ। ਸੋ ਨੀਅਰ ਬਾਏ ਬ੍ਰਾਂਚਿਸ ਤੁਹਾਨੂੰ ਜਿਹੜੀ ਵੀ ਪੈਂਦੀ ਹੈ, ਚਾਹੇ ਜਲੰਧਰ ਹੈ, ਅੰਮ੍ਰਿਤਸਰ ਹੈ, ਚੰਡੀਗੜ੍ਹ, ਬਠਿੰਡਾ, ਯਮੁਨਾਨਗਰ, ਪੇਵਾ, ਕਿਸੇ ਵੀ ਬ੍ਰਾਂਚ ਦੇ ਵਿੱਚ ਆ ਕੇ ਮਿਲ ਸਕਦੇ ਹੋ। ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਨਾਲ ਲੈ ਕੇ ਆਓ, ਆਪਣੇ ਓਰੀਜਨਲ ਡਾਕੂਮੈਂਟ ਲੈ ਕੇ ਆਓ, ਸੇਮ ਟਾਈਮ ਅਸੈਸਮੈਂਟ ਕਰਕੇ ਤੁਸੀਂ ਵੀ 6.5-7 ਲੱਖ ਰੁਪਏ ਆਪਦਾ ਬਚਾ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਪਰਿਵਾਰਕ ਮੈਂਬਰ, ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰੋ, ਸੋ ਦੈਟ ਕਿ ਕਿਸੇ ਦਾ ਪੈਸਾ ਬਚ ਸਕੇ। ਅੱਜ ਦੇ ਲਈ ਧੰਨਵਾਦ।